ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗ 'ਤੇ। ਅਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੋਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਤੇ ਵਲੋਗ ਇਹ ਹੈਗਾ 20 ਤਰੀਕ ਦਾ ਵਲੋਗ। ਕਾਫੀ ਬਣੇ ਪਏ ਸੀ, ਮੇਰੇ ਤੋਂ ਐਡੀਟਿੰਗ ਨਹੀਂ ਹੋਏ ਹੈਗੇ ਬਿਮਾਰ ਹੋਣ ਦੇ ਕਰਕੇ। ਹੁਣ ਤੁਸੀਂ ਕਹਿਣਾ ਫਿਰ ਬਿਮਾਰ, ਮੈਨੂੰ ਆਪ ਨੂੰ ਵੀ ਬਹੁਤ ਇਹ ਚੀਜ਼ ਬਾਹਲੀ ਹੋਰ ਤਰ੍ਹਾਂ ਲੱਗਦੀ ਆ ਕਹਿਣਾ ਬਿਮਾਰ ਬਿਮਾਰ। ਚਲੋ ਹੁਣ ਨਹੀਂ ਕਹਿਣਾ ਹੈਗਾ ਆਪਾਂ, ਬਸ ਕਿਸੇ ਵਜ੍ਹਾ ਕਰਕੇ ਵੀ ਵਲੋਗ ਜਿਹੜੇ ਆਪਣੇ ਐਡੀਟਿੰਗ ਨਹੀਂ ਹੋਏ ਹੈਗੇ। ਅਤੇ ਉਹ ਵਾਲਾ ਵਲੋਗ ਜਿਹੜਾ ਆਪਾਂ ਹੁਣ ਮੈਂ ਐਡੀਟਿੰਗ ਕਰਦੀ ਹਾਂ। ਅੱਜ ਦਿਨ ਹੈਗਾ ਭਾਈ ਫਰਾਈਡੇ 22 ਮਾਰਚ ਨੂੰ ਮੈਂ ਅੱਜ ਵਾਲਾ ਵਲੋਗ ਜਿਹੜਾ ਤੁਹਾਨੂੰ ਅੱਜ ਸ਼ਾਮ ਨੂੰ ਮਿਲੂਗਾ। ਇਹ ਐਡੀਟਿੰਗ ਕਰਦੀ ਹਾਂ ਮੋਰਨਿੰਗ ਦੇ ਵਿੱਚ, ਹੈ ਨਾ। ਅਤੇ ਇੱਥੇ ਮੈਂ ਸਾਰੇ ਕੱਪੜੇ ਵਗੈਰਾ ਧੋਂਦੀ ਸੀ, ਸਾਰਾ ਕੰਮ ਜਲਦੀ ਜਲਦੀ ਕਰਦੀ ਪਈ ਸੀ ਕਿਉਂਕਿ ਅੱਜ ਮੈਂ ਜਾਣਾ ਸੀਗਾ। ਅਤੇ ਜਾਂਦੇ ਤਾਂ ਕਾਫੀ ਦਿਨਾਂ ਤੋਂ, ਹੁਣ ਕਿੰਨੇ ਦਿਨ ਹੋ ਗਏ, ਬਸ ਲਗਾਤਾਰ ਜਾਣਾ ਹੀ ਪੈਂਦਾ, ਹੈ ਨਾ। ਅਤੇ ਬਸ ਜਾਣਾ ਵੀ ਘਰ ਦੇ ਕੰਮ ਕਰਕੇ, ਹੈ ਨਾ, ਵੀ ਸਾਰੇ ਕੰਮ ਚਾਹੇ ਕੁਛ ਹੋਵੇ, ਫਿਰ ਉਹੀ ਗੱਲ ਹੋਣੀ ਵੀ ਚਾਹੇ ਬਿਮਾਰ ਆ ਚਾਹੇ ਠਮਾਰ ਆ ਚਾਹੇ ਕੁਛ ਵੀ ਆ, ਤੰਦਰੁਸਤ ਬੰਦਾ ਹੋਵੇ ਉਹ ਗੱਲ ਵੱਖ ਹੁੰਦੀ ਆ। ਅਤੇ ਕੰਮ ਕਰਕੇ ਹੀ ਜਾਣਾ ਪੈਂਦਾ ਕਿਉਂਕਿ ਬੱਚੇ ਛੋਟੇ ਨੇ, ਅੰਦਰਲਾ ਸਾਰਾ ਝਾੜੂ ਪੋਚਾ ਬੱਚੇ ਕਰ ਲੈਂਦੇ ਆ। ਇਹ ਨਹੀਂ ਹੁਣ ਮੈਂ ਕਾਫੀ ਦਿਨਾਂ ਤੋਂ, ਮਹੀਨੇ ਤੋਂ ਵੀ ਉੱਪਰ ਹੋ ਗਿਆ ਨਹੀਂ ਮੈਂ ਅੰਦਰ ਝਾੜੂ ਲਾਇਆ, ਬੱਚੇ ਕਰਦੇ ਆ, ਹੈ ਨਾ। ਬੱਚਿਆਂ ਨੂੰ ਪਤਾ ਹੀ ਆ ਵੀ ਸਾਡੀ ਮੰਮੀ ਬਿਮਾਰ ਆ ਅਤੇ ਰੋਟੀ ਬਣਾ ਕੇ ਦੇ ਦੇਵੇ ਉਹੀ ਬਹੁਤ ਆ। ਅਤੇ ਕੱਪੜੇ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ, ਤੁਸੀਂ ਦੇਖੋ ਕੱਪੜੇ ਕਿੰਨੇ ਸੀਗੇ ਪਰਸੋਂ ਚੌਥ ਵੀ ਪਹਿਲਾਂ, ਯਾਨੀ ਕਿ ਪਹਿਲਾਂ ਵਲੋਗ ਨਹੀਂ ਬਣਾਇਆ ਜਦੋਂ ਸੰਡੇ ਨੂੰ, ਪਿਛਲੇ ਸੰਡੇ ਨੂੰ ਉਸ ਦਿਨ ਵਲੋਗ ਨਹੀਂ ਸੀ ਬਣਾਇਆ, ਉਸ ਦਿਨ ਵੀ ਬਹੁਤ ਜ਼ਿਆਦਾ ਕੱਪੜੇ ਧੋਤੇ ਸੀਗੇ। 17 ਤਰੀਕ ਦੀ ਗੱਲ ਆ, ਹਾਂਜੀ 17 ਤਰੀਕ ਨੂੰ ਸੰਡੇ ਨੂੰ ਜਦੋਂ ਆਪਣੇ ਸ਼ੁਭਦੀਪ ਦਾ ਜਨਮ ਹੋਇਆ, ਉਸ ਦਿਨ ਵੀ ਬਸ ਕੱਪੜੇ ਧੋਂਦੀ ਸੀਗੀ। ਥੋੜ੍ਹਾ ਜਿਹਾ ਆਪਦਾ ਹੀ, ਹੈ ਨਾ, ਠੀਕ ਨਹੀਂ ਸੀਗਾ ਸਰੀਰ। ਅਤੇ ਫਿਰ ਇੱਕ ਖੁਸ਼ੀ ਬਹੁਤ ਜ਼ਿਆਦਾ ਸੀਗੀ, ਫਿਰ ਬੱਚਿਆਂ ਨੇ ਨਾ ਗਾਣੇ ਗੁਣੇ ਲਾਏ ਹੋਏ ਸੀਗੇ, ਉਹਦੇ ਕਰਕੇ ਫਿਰ ਮੈਂ ਵਲੋਗ ਬਣਾਇਆ ਨਹੀਂ। ਵੀ ਕੋਈ ਗੱਲ ਨਹੀਂ, ਕੋਈ ਪਲ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਨੂੰ ਇੰਜੋਏ ਕਰ ਲੈਣੇ ਜ਼ਰੂਰੀ ਨੇ, ਹੈ ਨਾ। ਅਤੇ ਬੱਚਿਆਂ ਨੇ ਇੰਜੋਏ ਕੀਤਾ ਅਤੇ ਫਿਰ ਬਸ ਮੈਂ ਉਹਨਾਂ ਨੂੰ ਰੋਟੀ ਬਣਾ ਕੇ ਮੈਂ ਫਿਰ ਚਲੀ ਗਈ ਸੀਗੀ ਡਾਕਟਰ ਦੇ। ਅਤੇ ਅੱਜ ਫਿਰ ਜਾਣਾ ਸੀਗਾ, ਤੀਸਰਾ ਦਿਨ ਸੀਗਾ ਡਾਕਟਰ ਦੇ ਜਾਣਾ ਸੀ। ਅਤੇ ਫਿਰ ਮੈਨੂੰ ਆਏ ਸੀਗਾ ਵੀ ਧੁੱਪ ਬਹੁਤ ਚੜ੍ਹ ਜਾਂਦੀ ਹੈ ਅਤੇ ਫਿਰ ਆ ਕੇ ਕੱਪੜੇ ਨਹੀਂ ਧੋਤੇ ਜਾਂਦੇ ਕੁਛ, ਫਿਰ ਹੈ ਨਾ ਆਏ ਹੁੰਦਾ ਬਈ ਆ ਕੇ ਦਵਾਈ ਦਵੂਈ ਲੈ ਲਈ ਜਾਂ ਬਸ ਕੁਛ ਵੀ ਲਾ ਲਓ, ਹੈ ਨਾ। ਵੀ ਫਿਰ ਦੁਬਾਰਾ ਜੇ ਆਪਾਂ ਦੁਬਾਰਾ ਆਉਂਦੇ ਹਾਂ ਘਰੋਂ, ਹੈ ਨਾ, ਕਿਤੇ ਜਾਂਦੇ ਹਾਂ ਘਰ ਆ ਕੇ, ਫਿਰ ਦੁਬਾਰਾ ਕੋਣ ਆਹ ਕੰਮ ਨਹੀਂ ਹੁੰਦੇ ਹੈਗੇ। ਜਿਹੜਾ ਸਫਾਈ ਦਾ ਕੰਮ ਹੈ ਇਹ ਮੋਰਨਿੰਗ 'ਚ ਹੋ ਜਾਵੇ ਤਾਂ ਵਧੀਆ। ਅਤੇ ਲਓ ਜੀ, ਇੱਥੇ ਮੈਂ ਲੱਗ ਗਈ ਸੀਗੀ, ਤਿਆਰ ਹੋ ਗਈ ਸੀਗੀ। ਤਿਆਰ ਹੋ ਕੇ ਮੈਂ ਨਾ ਆਪਣੇ ਦੁਪੱਟੇ ਨੂੰ ਪ੍ਰੈਸ ਕਰਦੀ ਪਈ ਸੀ। ਅਤੇ ਪਲੀਜ਼ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਓ, ਐਂਡ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤੁਹਾਡੇ ਸਾਥ ਅਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ, ਠੀਕ ਆ ਜੀ। ਅਤੇ ਦੁਪੱਟੇ ਦੇ ਵਿੱਚ ਸੂਟ ਨੂੰ ਵਧੀਆ ਪ੍ਰੈਸ ਕਰਕੇ ਰੱਖੀ ਸੀ, ਦੁਪੱਟਾ ਮੈਂ ਕੱਢਿਆ ਉਹਦੇ ਵਿੱਚ ਉਹ ਸੀਗਾ ਅਤੇ ਲਓ ਜੀ, ਕੰਮ ਆਪਾਂ ਨੇ ਘਰ ਦੇ ਕਰਤੇ ਜਿੰਨੇ ਕੁ ਹੋਏ। ਟਾਈਮ ਜਿਹੜਾ ਆ 11 ਵੱਜ ਗਏ ਅਤੇ ਆਪਾਂ ਚੱਲਿਆ ਦਵਾਈ ਲੈਣ, ਠੀਕ ਆ ਜੀ। ਕੱਪੜੇ ਮੈਂ ਧੋਤੇ, ਤੁਸੀਂ ਮਰੀਜ਼ ਆ, ਇਹ ਮਰੀਜ਼ ਕੱਪੜੇ ਧੋਤੇ ਅਤੇ ਆ ਕੰਬਲ ਵੀ ਧੋਤਾ, ਇੱਕ ਬੈੱਡਸ਼ੀਟ ਧੋਤੀ, ਦੋ ਤਿੰਨ ਉੱਧਰ ਧੋਤੀਆਂ ਸੀਗੀਆਂ। ਕਿਹੜੇ ਦਿਨ ਸੀ? ਸੰਡੇ, ਜਿਸ ਦਿਨ ਪਹਿਲਾਂ ਦਵਾਈ ਲੈਣ ਗਈ ਸੀਗੀ ਉੱਧਰ ਧੋ ਲਏ ਸੀਗੇ ਅਤੇ ਥੋੜ੍ਹੇ ਜਿਹੇ ਅੱਜ ਧੋਤੇ ਆ। ਚਲੋ ਹੁਣ ਪਹਿਲਾਂ ਦਵਾਈ ਲਏ ਆ ਡਾਕਟਰ ਨੂੰ, ਉੱਠ ਨਾ ਖੜੇ ਡਾਕਟਰ, ਚੱਲਿਆ ਨਾ ਜਾਵੇ ਅਤੇ ਬੰਦਾ ਘਰੇ ਆ। ਇਹਦੇ ਪਰੌਂਠੇ ਬਣੇ ਪਏ ਨੇ, ਮੇਰੇ ਆਉਂਦੀ ਨੂੰ ਦੋਏ ਪਰੌਂਠੇ, ਖੀਰ ਖਾ ਲਈ। ਫਿਰ ਕੱਲ੍ਹ 10ਵੀਂ ਸੀਗੀ, ਖੀਰ ਪ੍ਰਸ਼ਾਦ ਬਣੇ ਆ ਪਏ ਆ, ਉਹ ਖਾ ਲਿਆ ਇਹਨੇ, ਹੋਰ ਖਾ ਲੈਣਾ ਇਹਨੇ। ਖੀਰ ਇਹਦੀ ਫੇਵਰੇਟ ਆ, ਠੰਡੀ ਖੀਰ।
ਚੱਲ ਜੇ ਯਾਰ, ਦਰਵਾਜ਼ਾ ਬੰਦ ਕਰ ਲਈ। ਮਿੱਠੀ ਵੀ ਬੈਠੀ ਆ ਆਪਣੇ ਛਿੱਟੇ ਨਾਲ ਮਾਰਦੀ ਅਨਮੋਲ। ਮਿੱਠੀਏ ਮਿੱਠੀ ਦਾ ਔਖੀ ਔਖੀ ਜੀ ਝਾਕਦੀ ਆ, ਔਖੀ ਔਖੀ ਝਾਕਦੀ ਆ, ਹਜ਼ਾਰਾਂ ਦਾ ਸਾਰੇ ਜਾਣੇ ਔਖੇ ਨੇ। ਫਰੀ ਤੇ ਬੈਠੀ ਆ ਯਾਰ, ਦੇ ਕੱਪੜੇ ਦੇਖੋ ਕਿਉਂ, ਇਹਨਾਂ ਨੂੰ ਕੀ ਹੁੰਦਾ, ਇਹ ਫੈਸ਼ਨ ਆ। ਠੰਡ ਲੱਗਦੀ ਸੀ ਯਾਰ ਨੂੰ ਰਾਤ, ਫਿਰ ਇਹਨੇ ਕੁੜਤਾ ਪਾ ਲਿਆ ਉੱਪਰ ਦੀ। ਚੱਲ ਲਾ ਦਰਵਾਜ਼ਾ, ਦਰਵਾਜ਼ਾ ਲਾ। ਕੋਠੀ ਪਾਈ ਹੋਵੇ ਸੜਕ ਤੇ, ਹਾਏ ਹਾਏ ਕਿਵੇਂ ਕਚੀਆ ਕਚਿਆਣ ਕੀਤਾ ਤੁਸੀਂ, ਹੈਂ ਆ ਕੀ ਕੀਤਾ, ਫੜ ਜਾ ਯਾਰ। ਹਾਂਜੀ ਆਪਾਂ ਆ ਗਏ ਘਰੇ, ਯਾਰ ਲਈ ਮੈਂ ਪਰੌਠਾ ਬਣਾ ਕੇ ਰੱਖ ਗਈ ਸੀ, ਯਾਰ ਨੂੰ ਸਾੜਤਾ, ਉਹਨੇ ਖਾਧਾ ਨੀ ਗਾ, ਖਾਧੇ ਨੀ ਪਰੌਠੇ, ਤੇ ਹੁਣ ਮੈਨੂੰ ਆਰਡਰ ਲੱਗਿਆ ਉਹਦੇ, ਤਾਂ ਮੈਂ ਬਣਾਈ ਨਹੀਂ ਸੀ ਵੱਡੇ ਮਹਾਰਾਜ, ਉਹ ਤਾਂ ਖਾਣੀ ਨਹੀਂ ਸੀਗੇ, ਮੈਨੂੰ ਪਤਾ ਸੀਗਾ ਵੀ ਉਹਨੇ ਰੋਟੀ ਖਾਣੀ ਨਹੀਂ ਗੀ। ਖੀਰ ਖਾਧੀ ਇਹਨੇ, ਤੇ ਮੈਂ ਡਾਕਟਰ ਨੂੰ ਪੁੱਛਣਾ ਹੀ ਭੁੱਲ ਗਈ ਵੀ ਮੈਂ ਖੀਰ ਖਾ ਲਾ। ਮੈਂ ਡਾਕਟਰ, ਤੇ ਚਲੋ ਜੀ ਇਹਨੇ ਰੋਟੀ ਬਣਾ ਕੇ ਦੇ ਦਈਏ। ਇੱਥੇ ਪਤਾ ਨਹੀਂ ਕੀ ਪਿੰਪਲ ਜਿਹੀ ਹੋ ਗਈ, ਫੋੜਾ ਥੋੜੇ ਆ, ਫੈਂਸੀ ਹੋਈ ਆ, ਫੋੜੇ ਪਹਿਲਾਂ ਹੁੰਦੇ ਹੁੰਦੇ ਸੀ,
ਮੈਨੂੰ ਉਹ ਬਿਮਾਰੀ ਕਿਹੜੀ ਜਿਹੜੀ ਨਹੀਂ ਲੱਗੀ, ਗੋਲੀ ਦੁਪਹਿਰ ਵਾਲੀ ਲੈਣੀ ਹੈ, ਇਹ ਹੁਣ ਦੁਪਹਿਰ ਵਾਲੀ ਲਈ ਹੋਈ, ਸਵੇਰ ਵਾਲੀ ਲਈ ਹੋਈ, ਇਹ ਦੇਖ ਮੂੰਹ ਤੇ ਫੜੀ, ਆਹੋ ਭਾਈ ਹੋ ਗਿਆ ਫੜ, ਇਹ ਦੂਵੀ ਵੱਡੇ ਵੱਡੇ ਹੋਏ ਨੇ, ਐ ਚੋ ਵੱਡ ਕੇ ਲੈ ਜਾਵੇ ਦੋ ਬੰਦੇ ਹੱਟਦੇ ਨਹੀਂ, ਰੱਖ ਕੇ ਬਾਲਟੀ ਬਾਹਰ, ਹੱਟ ਤੇਰੇ ਅੰਦਰ ਦਾ ਬੜਾ ਲੜਦੇ ਨੇ, ਬੜਾ ਬਾਲਟੀ ਮਾਰ ਗਿਆ ਦੇ, ਕਿਹੜੇ ਪਰੌਠੇ ਨੂਨ ਵਾਲੇ ਹੈ ਚੀਨੀ ਵਾਲੇ, ਉਦਣ ਇਹਨਾਂ ਨੂੰ ਮੈਂ ਛੋਟੇ ਸ਼ੁਭਦੀਪ ਦੇ ਹੋਣ ਦੀ ਖੁਸ਼ੀ 'ਚ ਚੀਨੀ ਵਾਲੇ ਪਰੌਠੇ ਬਣਾਏ, ਅੱਜ ਫੇਰ ਚੀਨੀ ਵਾਲੇ, ਹੁਣ ਇਹਨਾਂ ਨੇ ਚੀਨੀ ਵਾਲੇ ਮਸ਼ਹੂਰ ਕਰ ਦੇਣੇ, ਸ਼ੱਕਰ ਵਾਲੇ ਬਣਾ ਦੇ, ਸ਼ੱਕਰ ਵਾਲੇ ਬਣਾਣਾ, ਉਹਨੇ ਕਿਤੇ ਸ਼ੱਕਰ ਵਾਲੇ ਖਾਣੇ, ਉਹ ਚੀਨੀ ਵਾਲਾ ਸ਼ੱਕਰ, ਇੱਕ ਮਿੰਟ ਚੁੱਪ ਕਰੋ, ਰੌਲਾ ਨਾ ਪਾਓ, ਵੀਡੀਓ ਬਣਦੀ ਆ, ਕਾਪੀਰਾਈਟ ਆ ਜਾਊਗਾ, ਮੈਂ ਤੁਹਾਨੂੰ ਕਿਹਾ ਚੁੱਪ ਕਰ ਦਿਓ, ਤੇ ਡਾਕਟਰ ਕਹਿੰਦਾ ਇੱਕ ਰੋਟੀ ਖਾ ਸਕਦੇ ਹੋ ਪੂਰੇ ਦਿਨ ਦੇ ਵਿੱਚ, ਇੱਕ ਟਾਈਮ ਚਾਹ ਪੀ ਸਕਦੇ ਹੋ ਉਹ ਵੀ ਥੋੜ੍ਹੀ ਜਿਹੀ, ਪੇਟ ਭਰ ਕੇ ਨਹੀਂ ਖਾਣਾ, ਅਤੇ ਕੀ ਬਿਮਾਰੀ ਹੈ ਮੈਨੂੰ, ਹਾਂ ਪੂਰਾ ਡਿੱਟ ਨਹੀਂ ਬਣਨਾ ਇੱਥੇ ਤੱਕ, ਬਿਮਾਰੀ ਤਾਂ ਨਹੀਂ ਕੋਈ, ਥੋੜ੍ਹੀ ਜਿਹੀ ਪੇਟ ਦੇ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਲੀਵਰ ਨੂੰ ਥੋੜ੍ਹੀ ਜਿਹੀ ਇਨਫੈਕਸ਼ਨ ਹੋ ਗਈ ਸੀਗੀ, ਉਹਦੇ ਕਰਕੇ ਮੈਨੂੰ ਜਿਹੜਾ ਵਾਰ ਵਾਰ ਪੇਨ ਹੁੰਦਾ ਸੀ, ਅਤੇ ਹੁਣ ਠੀਕ ਆ, ਮੈਂ ਪਰਸੋਂ ਚੌਥੇ ਦਵਾਈ ਲੈ ਕੇ ਆਇਆ ਸੀ, ਉਹ ਦਵਾਈ ਨਾਲ ਆਹ ਵਾਲੇ ਡਾਕਟਰ ਦੀ ਦਵਾਈ ਨਾਲ ਹੁਣ ਠੀਕ ਆ, ਅਤੇ ਬਾਕੀ ਭਾਈ ਖਾਣਾ ਪੀਣ ਤੋਂ ਪਰਹੇਜ਼ ਕਰਨਾ ਪਊ, ਅਤੇ ਕੀਤਾ ਵੀ ਆ, ਸੱਚ ਜੇ ਚੀਨੀ ਵਾਲਾ ਡੱਬਾ ਤਾਂ ਫੜਾ ਦੇ, ਜੇ ਚੀਨੀ ਵਾਲੇ ਪਰੌਠੇ ਖਾਣੇ ਤਾਂ ਤੁਸੀਂ ਲਿਆ ਕੇ ਦਿਓ ਪਾ ਕੇ, ਬਿਮਾਰ ਬੰਦੇ ਤੋਂ ਇੰਨਾ ਕੰਮ ਕਰਵਾਉਂਦੇ ਨੇ, ਔਰ ਡਿਮਾਂਡਾਂ ਹੀ ਦੇਖ ਲਓ ਇਹਨਾਂ ਨੂੰ, ਆਏ ਨਹੀਂ ਫਿਕਰ ਵੀ ਸਾਡੀ ਮਾਂ ਬਿਮਾਰ ਆ, ਭਾਂਤ ਭਾਂਤੀਆਂ ਦਾ ਡਿਮਾਂਡਾ ਕਰਦੇ, ਕੋਈ ਕਹਿੰਦਾ ਸਿੰਪਲ ਰੋਟੀ, ਹੁਣ ਡੋਲੀ ਚੋਂ ਸ਼ੱਕਰ ਚੱਕ ਲਿਆ, ਉਹਨੇ ਜਿਹਨਾਂ ਨੇ ਸ਼ੱਕਰ ਨਾਲ ਰੋਟੀ ਖਾਣੀ ਆ, ਜਿਹੜਾ ਇੰਨਾ ਕੁਛ ਬਣਿਆ ਵੀ ਉਹ ਹੁਣ ਖਾਓ, ਰਾਤ ਮੈਂ ਚਿੱਟੇ ਚਣੇ ਸਬਜ਼ੀ ਬਣਾਈ, ਉਹਦੀ ਸਮੈਲ ਹੀ ਇੰਨੀ ਵਧੀਆ ਆਉਂਦੀ ਸੀ, ਮੈਂ ਤਾਂ ਖਾਧੀ ਨਹੀਂ ਗੀ, ਬਹੁਤ ਟੇਸਟੀ ਬਣੀ ਹੋਊਗੀ, ਅੱਜ ਉਹੀ ਖਾਣੀ ਪੈਣੀ ਆ ਇਹਨਾਂ, ਦੋ ਵਾਰੀ ਖੀਰ ਬਣ ਗਈ, ਮੈਂ ਚੱਜ ਨਾਲ ਨਹੀਂ ਖਾਧੀ, ਹੁਣ ਮੈਂ ਇਹਨਾਂ ਨੂੰ ਰਾਤ ਕਹਿੰਦੀ ਸੀਗੀ ਵੀ ਜਦੋਂ ਮੈਂ ਚੰਗੀ ਤਰ੍ਹਾਂ ਠੀਕ ਹੋ ਗਈ ਨਾ ਫਿਰ ਮੈਂ ਸਾਰੀਆਂ ਚੀਜ਼ਾਂ ਦੁਬਾਰਾ ਬਣਾ ਕੇ ਖਾਊਂਗੀ, ਰਸ, ਹਾਂ ਆਪਾਂ ਗੰਨੇ ਦੇ ਰਸ ਵਾਲੀ ਖੀਰ ਬਣਾਵਾਂਗੇ, ਰਸ ਬਹੁਤ ਵਧੀਆ ਮਿਲਣ ਲੱਗ ਗਿਆ ਸਾਡੇ ਸ਼ਹਿਰ ਚੋਂ, ਹੁਣ ਖੀਰ ਖਾਧੀ, ਉਹਨੇ ਖੀਰ ਨੀ ਖਾਧੀ ਪਹਿਲਾਂ, ਉਹਦੇ ਵਾਲੀ ਬਣਾ ਲੈਂਦੇ, ਆਹ ਚੱਕ ਲਓ, ਹੋ ਗਿਆ ਕਰਮਾ, ਮੈਂ ਖਾ ਲਓ ਗੋਲੀ ਵੀ ਲੈ ਲੂ, ਪਹਿਲਾਂ ਖਾ ਤਾਂ ਲਵਾਂ ਕੁਛ, ਬਹੁਤਾ ਨਾ ਖਾਈ, ਬੀਪੀ ਵੱਧ ਜੂ, ਲਓ ਬਈ ਇੰਨਾ ਕੁ ਖਾਧਾ, ਹੁਣ ਤੁਹਾਡੇ ਸਾਹਮਣੇ ਆ, ਦੇਖ ਲਓ ਕੌਲੀ ਖਾਲੀ ਹੈ, ਨੰਗੀ ਕਰਤੀ ਪਹਿਲਾਂ, ਆ ਕੇ ਕੱਪੜੇ ਪਾ ਲੈ, ਕੇ ਨਾ
ਗੱਲ ਸੁਣ ਲਓ ਲੈ ਹੈ ਨਿਆਣੇ ਤੇ ਡੈਡੀ ਕਹਿੰਦਾ ਖੀਰ ਨੰਗੀ ਕਰਤੀ ਪਹਿਲਾਂ ਉਹਨੇ ਸਾੜੀ ਲਾਈ ਹੋਈ ਤੀ ਕੱਲੀ ਖੀਰ ਖਾਂਦਾ ਠੰਡੀ ਚਲੋ ਮੈਂ ਇਹਨਾਂ ਨੂੰ ਪਹਿਲਾਂ ਰੋਟੀ ਰਾਟੀ ਬਣਾ ਦਾ ਫਿਰ ਦੇਖਦੇ ਹਾਂ ਆਪਾਂ ਕੀ ਕਰਦੇ ਹਾਂ ਚੀਨੀ ਵਾਲੇ ਪਰੌਂਠੇ ਕਿਹਦੇ ਕਿਹਦੇ ਫੇਵਰੇਟ ਨੇ ਚੀਨੀ ਵਾਲੇ ਪਰੌਂਠੇ ਹੋਣ ਨਾਲ ਮੱਖਣੀ ਹੋਵੇ ਨਾਲ ਹੋਵੇ ਅੰਬ ਦਾ ਅਚਾਰ ਇੰਨਾ ਸਭ ਕੁਝ ਹੀ ਖੱਟੇ ਕੋਲੇ ਦਹੀਂ ਦਹੀਂ ਇੱਕ ਚੀਜ਼ ਕਿਉਂ ਮਲਾਈ ਤਾਂ ਹੈਗੀ ਆ ਦੇਸੀ ਘੀ ਹੈਗਾ ਮੱਖਣੀ ਜੀ ਆ ਜਦ ਮੱਖਣੀ ਕਹੀਏ ਮੱਖਣੀ ਜਦੋਂ ਡਾਕਟਰ ਨੂੰ ਪੁੱਛੀ ਆਉਣਾ ਦੀ ਵੀ ਪਰੌਂਠਾ ਖਾਵਾਂ ਕਰੋ ਨਹੀਂ ਹੁਣ ਤਾਂ ਫਰਕ ਆ ਹੁਣ ਤਾਂ ਖਾਧੀ ਜਾਂਦੀ ਹੈ ਚੀਜ਼ ਹਾਏ ਹਾਏ ਸੱਚੀ ਗੱਲ ਆ ਸੱਚੀ ਕੰਨਾਂ ਨੂੰ ਹੱਥ ਲਵਾ ਤੇ ਇੰਨੀ ਭੈੜੀ ਬਿਮਾਰੀ ਮੈਂ ਕਹਿੰਦੀ ਹੁੰਦੀ ਸੀ ਇਹ ਮੈਨੂੰ ਕਹਿੰਦੇ ਕਹਿੰਦੇ ਜੇ ਤੈਨੂੰ ਕੁਛ ਹੋ ਗਿਆ ਕਿਹਨੂੰ ਕਿਹਨੂੰ ਫੋਨ ਕਰਨਾ ਫੋਨ ਕੀ ਕਰਨਾ ਯੂਟਿਊਬ ਤੇ ਵੀਡੀਓ ਪਾ ਦਿਓ ਵੀ ਮਰ ਗਈ ਲਾਈਵ ਚਲਾ ਦਿਓ ਯੂਟਿਊਬ ਤੇ ਜੇ ਕੁਛ ਹੋ ਗਿਆ ਖਿਆਲ ਰੱਖਿਓ ਵੀ ਧਿਆਨ ਨਾਲ ਬਲੌਗ ਦੇਖਿਆ ਕਰੋ ਐਂਡ ਤੱਕ ਐਡੀ ਛੇਤੀ ਕਿੱਥੇ ਹਾਲੇ ਤਾਂ ਜੱਟੀ ਨੇ ਜ਼ਿੰਦਗੀ 'ਚ ਕਰਿਆ ਹੀ ਕੱਖ ਨਹੀਂ ਹਾਲੇ ਤਾਂ ਬਹੁਤ ਕੁਛ ਕਰਨਾ ਉਹ ਹਟ ਜਾਓ ਤੁਸੀਂ ਚਲੋ ਜੀ ਚੱਲਦੇ ਆਪਾਂ ਥੋੜੀ ਜਿਹੀ ਸ਼ੋਪਿੰਗ ਕਰਕੇ ਆਉਣੀ ਆ ਨਿੱਕੀ ਜੀ ਕਰਾਏ ਗਏ ਆ ਕੀ ਕੀਤਾ ਕਿਹਨੇ ਕੀਤਾ ਭੱਜ ਲਓ ਭੱਜ ਲਓ ਚਲੋ ਜੀ ਚੱਲਦੇ ਆ ਭੱਜ ਕੇ ਬਹੁਤ ਟਾਈਮ ਹੋ ਗਿਆ ਪੌਣੇ ਦੋ ਹੋ ਗਏ ਮਾੜਾ ਜਿਹਾ ਮਾਰਕੀਟ ਜਾ ਕੇ ਆਉਣਾ ਜ਼ਰੂਰੀ ਕੰਮ ਆ ਉਹ ਕਰੇ ਆਈਏ ਆਪਾਂ ਦੇਖਦੇ ਹਾਂ ਕੱਪੜੇ ਕੁੱਪੜੇ ਆ ਕੇ ਚੱਕਦੇ ਹਾਂ ਹੋਲ ਜੇ ਤਾਂ ਦਿੱਤੇ ਧੁੱਪ ਬਹੁਤ ਜ਼ਿਆਦਾ ਆ ਹਾਏ ਇੰਨੀ ਧੁੱਪ 'ਚ ਜਾਣਾ ਵੀ ਔਖਾ ਹਲਾ ਜਾ ਹਟ ਅਤੇ ਜਾਏ ਉਹਨੇ ਥੋੜ੍ਹੀ ਜਿਹੀ ਸ਼ੋਪਿੰਗ ਜੀ ਕਰਕੇ ਨੇ ਸ਼ਾਮੇ ਖੜਦੀ ਹਾਂ ਕੱਪੜੇ ਵੀ ਸੁੱਕ ਗਏ ਕੱਪੜੇ ਵੀ ਨਹੀਂ ਕਿਸੇ ਨੇ ਚੱਕਣੇ ਨਿਆਣਿਆਂ ਨੇ ਕਿੱਥੇ ਚੱਕਣੇ ਚੱਲ ਆ ਕੇ ਚੱਕਦੀ ਹਾਂ ਮੈਂ ਪਹਿਲਾਂ ਜਾਇਆ ਵਾਂ ਅੱਜ ਦਾਲ ਸਬਜ਼ੀ ਦੀ ਕੋਈ ਫਿਕਰ ਨਹੀਂ ਹੈਗੀ ਰਾਤ ਦੇ ਆਪਣੇ ਚਿੱਟੇ ਚਣੇ ਬਣਾਏ ਹੋਏ ਉਹ ਖਾ ਲੈਣਗੇ ਅੱਜ ਕਿਹੜਾ ਇਹਨਾਂ ਨੇ ਖਾਧੀ ਆ ਅੱਜ ਖਾ ਲਏ ਇਹਨੇ ਖਾ ਲਈ ਸ਼ੱਕਰ ਨਾਲ ਰੋਟੀ ਉਹਨੇ ਦੂਜੇ ਨੇ ਖਾ ਲਈ ਚੀਨੀ ਵਾਲੇ ਪਰੌਂਠੇ ਹਾਂ ਉਹ ਛਾਕਦੀ ਆ ਮੱਝ ਚਲੋ ਆਏ ਚਲੋ ਹੀ ਚੱਲਦੇ ਹਾਂ